الحمد لله رب العالمين الرحمن الرحيم مالك يوم الدين اياك نعبد واياك نستعين اهدنا الصراط المستقيم الصراط الذين انعمت عليهم غير المغضوب عليهم ولا الضالين بسم الله الرحمن الرحيم اذا جاء نصر الله والفتح ورأيت الناس يدخلون فسبح بحمد ربك واستغفره انه كان توابا نادي علي مظهر العجائب تجده امن لك في النوائب كل هم وغم سي جري بعظمتك يا الله بنبوتك يا محمد بولايتك يا علي يا علي يا علي يا مولاتي فاطمه ويسين يا مولاتي فاطمه ويسين قبل فجر صلوات پڑھو باواز بنا مجلس آزادی قبولیت واسطے باواز بلند صلوات اللہ امام زمان علیہ السلام دی آمد و سلامتی واسطے بھی صلوات پڑھو باواز بلند اپنے اپنے جائز مقاصد دی تکمیل واسطے بھی باواز بلند صلوات پڑھو مرحوم مومنین و مومنات و سادات و دام دی بخشش واسطے صلوات پڑھو باواز بلند نعرہ تکبیر نعرہ رسالت نعرہ حیدری صلوات باواز بلند أعوذ بالله من الشيطان الرجيم بسم الله الرحمن الرحيم صلوات الحمد لله رب العالمين والعاقبة للمتقين والجنة للمؤمنين صلوات الصلاة والسلام عليك يا أفضل الشهداء يا عبد الصالح يا أبو الفضل العباس عباس نام تے صلوات اچھی آواز خالق کی آگہی کا وسیلہ ہے پانچ تن تھوڑا جا بلند جا سو خالق کی آگہی کا وسیلہ ہے پانچ تن مشکل کوئی بھی ان کے علاوہ ٹلی نہیں مشکل کوئی بھی ان کے علاوہ ٹلی نہیں واجب الاحترام سامعین ایک میسج دینا چاہنا نیاز حسین اگلیاں دو سطر تے بڑی توجہ مشکل کوئی بھی ان کے علاوہ ٹلی نہیں عرض کردہ بسم اللہ والی بے کا ہے نکتہ تو پھر بتا ہے کون سی نماز کے جس میں علی نہیں سلامت آباد مالک کائنات یقیناً تالے لمحات عبادت وچ گزرین مالک تو کو اس دا اجر عظیم عطا فرماوے بھائی جان دو کام کیتے بنی امیہ نے شہادت حسین تو پہلے ایک مدینے ایک کربلا مدینے کیڑا کام کیتا مظلوم کربلا تو وطن چھڑایا تاکہ حسین بے گھر ہو جائے حسین مٹ جائے حسین بے نام و نشان ہو جائے دوسرا کام میدان کربلا دے وچ شہادت حسین تو پہلے سادات تے پانی بند کیتا اس دے وچ وی ننجی ایک ناپاک سوچ ناپاک ارادہ ناپاک عزم او کیڑا حسین کلے نہیں
ਹੁਸੈਨ ਨਾਲ ਪਰਦਾਦਾਰ ਨੇ, ਹੁਸੈਨ ਨਾਲ ਮਾਸੂਮ ਬੱਚੇ ਨੇ। ਹੁਸੈਨ ਆਪ ਤਾਂ ਸਬਰ ਕਰ ਸਕਦੇ, ਲੇਕਿਨ ਇਹ ਮਾਸੂਮ ਬੱਚੇ ਪਾਣੀ ਤੋਂ ਬਗੈਰ ਸਬਰ ਕਿਵੇਂ ਕਰੇ ਸਨ? ਹੋ ਸਕਦੇ ਇਹਨਾਂ ਬੱਚਿਆਂ ਦੀ ਸ਼ਿੱਦਤ ਪਿਆਜ਼ ਦੀ ਵਜ੍ਹਾ ਤੋਂ ਹੁਸੈਨ ਬਈਅਤ ਯਜ਼ੀਦ 'ਤੇ ਮਜਬੂਰ ਹੋ ਜਾਏ। ਇਹਨਾਂ ਦੀ ਨਾ ਪਾਕ ਸੋਚ, ਨਾ ਪਾਕ ਇਰਾਦਾ। ਲੇਕਿਨ ਬਈ ਜਾਨ ਹੋਇਆ ਕਿਆ? ਅਬ ਕਰਬੋ ਭਲਾ ਕਿ ਜੰਗ ਕਾ ਅੰਜਾਮ ਦੇਖੀਏ। ਬੜੀ ਤਵੱਜੋ, ਮਕਸਦ ਕਿਆ? ਹੁਸੈਨ ਬੇਘਰ ਹੋ ਜਾਏ, ਹੁਸੈਨ ਮਿਟ ਜਾਏ। ਅਬ ਕਰਬੋ ਭਲਾ ਕਿ ਜੰਗ ਕਾ ਅੰਜਾਮ ਦੇਖੀਏ। ਬੇਘਰ ਯਜ਼ੀਦ ਹੋ ਗਿਆ, ਘਰ ਘਰ ਹੁਸੈਨ ਹੈ। ਸਲਾਮਤ ਰਹੋ, ਆਬਾਦ ਰਹੋ। ਬੇਘਰ ਯਜ਼ੀਦ ਹੋ ਗਿਆ, ਘਰ ਘਰ ਹੁਸੈਨ ਹੈ। ਦੂਸਰਾ ਕੰਮ ਕਿਹੜਾ ਕੀਤਾ? ਸਾਦਾ ਅਤੇ ਪਾਣੀ ਬੰਦ ਕੀਤਾ। ਬੇਘਰ ਯਜ਼ੀਦ ਹੋ ਗਿਆ, ਘਰ ਘਰ ਹੁਸੈਨ ਹੈ। ਅਰਪ ਕਰਦਾ ਤਸ਼ਨਾ ਲਬੋਂ ਕੀ ਭੀੜ ਲਗੀ ਹੈ ਸਬੀਲ ਪਰ, ਪਿਆਸੀ ਹੈ ਕਾਇਨਾਤ ਸਮੰਦਰ ਹੁਸੈਨ ਹੈ। ਸਲਾਮਤ ਸਲਿਆਲਾ ਮੁਹੰਮਦ ਵਾਲ ਦਾਮਨ ਵਕਤ 'ਚ ਗੁੰਜਾਇਸ਼ ਜਿਤਨੀ ਹੈ। ਮੇਰੇ ਤੋਂ ਪਹਿਲੇ ਬਿਹਤਰੀਨ ਮੇਰੇ ਮੌਲਾ ਦੇ ਮਜ਼ਾਕਾਂ ਤੁਹਾਡੇ ਸਾਹਮਣੇ ਫਜ਼ੈਲ ਔਰ ਮਸੀਹ ਬਿਆਨ ਕਰਦੇ। ਮੇਰੇ ਬਾਅਦ ਵੀ ਬਿਹਤਰੀਨ ਹਸਤੀਆਂ, ਉਹ ਵੀ ਆਪਣੇ ਵਕਤ ਦੇ ਅੰਦਰ ਤੁਹਾਨੂੰ ਜ਼ਿਕਰ ਮੁਹੰਮਦ ਔਰ ਆਲ ਮੁਹੰਮਦ ਸੁਣ ਰਹੇ ਸਨ। ਇੱਕ ਦੁਆ, ਮਾਲਿਕ ਕਨਾਤ ਜਿਤਨੇ ਆਜ਼ਾਦਾਰ ਇਕੱਠੇ ਨੇ, ਮਾਲਿਕ ਤਮਾਮ ਦੇ ਜਾਇਜ਼ ਮਕਸਦ ਪੂਰੇ ਫਰਮਾ, ਬਾਨੀਆਂ ਦੀ ਤੋਫੀਕਾਤ ਦੇ ਵਿੱਚ ਇਜ਼ਾਫਾ ਫਰਮਾ, ਮਾਲਿਕ ਸਾਰੇ ਵਾਰਿਸ ਦਾ ਜਲਦ ਅਜ਼ ਜਲਦ ਜ਼ਰੂਰ ਫਰਮਾ। ਮੇਰਾ ਮਾਲਿਕ ਸਦਕਾ ਅਲੀ ਇਬਨ ਅਬੀ ਤਾਲਿਬ ਦੀ ਅਜ਼ਮਤ ਤਹਾਰਤ ਦਾ ਮਾਲਿਕ, ਕਿਸੇ ਮੋਮਿਨ ਕੋ ਕਿਸੇ ਦਾ ਮੁਹਤਾਜ ਨਾ ਕਰ। ਬਸ ਬਾਈ ਜਾਨ, ਤੁਹਾਡਾ ਤਾਂ ਮੇਰਾ ਪੰਜਵਾਂ ਇਮਾਮ ਬਾਕਿਰ ਉਲੂਮ ਰੋ ਕੇ ਫਰਮਿੰਦਨ ਅੱਲਾਹੁਮਾ ਸੱਲਿ ਅਲਾ ਮੁਹੰਮਦ। ਮੋਮਨਾਓ, ਜਿੱਥੇ ਸਾਕੋ ਨਾਨੀ ਦੀ ਉਮਤ ਨੇ ਹੋਰ ਦੁੱਖ ਦਿੱਤੇ ਹਨ, ਉਹ ਇੱਕ ਪਾਸੇ ਸਾਡੇ ਕੋਲੋਂ ਨਾਨੀ ਦੀ ਉਮਤ ਨੇ ਈਦ ਦੀਆਂ ਖੁਸ਼ੀਆਂ ਹੀ ਖੱਸ ਗਈਆਂ, ਸਾਕੂ ਈਦ ਦੀਆਂ ਖੁਸ਼ੀਆਂ ਤੋਂ ਵੀ ਮਹਿਰੂਮ ਕਰ ਛੋੜੇ। ਬਾਈਜਾਨ, ਦੋ ਈਦਾਂ ਮੁਸਲਮਾਨਾਂ ਦੀਆਂ, ਇੱਕ ਈਦ ਉਲ ਫਿਤਰ, ਇੱਕ ਈਦ ਉਲ ਅਜ਼ਹਾ। ਦੋਵਾਂ ਈਦਾਂ 'ਤੇ ਅਲੀ ਦੀਆਂ ਧੀਆਂ ਕੋ ਪਰਦੇਸ ਦੇ ਵਿੱਚ ਕੂਫੇ ਦੇ ਬੇਗੈਰਤ ਮੁਸਲਮਾਨਾਂ ਰੁਆਏ। ਇਸ ਈਦ 'ਤੇ ਅਲੀ ਦੀਆਂ ਧੀਆਂ ਬਾਬੇ ਦਾ ਸੁਰਖ ਅਮਾਮਾ ਚਾ ਕੇ ਬਾਬਾ ਬਾਬਾ ਕਰਕੇ ਈਦ ਵਾਲੀ ਨੁਹਾਰ ਰੋਂਦੀਆਂ ਰਹੀਆਂ। ਅਗਲੀ ਈਦ ਪਰਦੇਸ ਦੇ ਵਿੱਚ ਹਾਏ ਮੁਸਲਿਮ ਦੇ ਵੈਣ ਕਰਕੇ ਰੋਂਦੀਆਂ ਰਹੀਆਂ। ਦਿਲ ਬਣ ਗਏ ਚੰਦ ਜੁਮਲੇ ਉਸ ਗਰੀਬ ਦੀ ਗੁਰਬਤ ਦੇ, ਜਾਂ ਟੁਰਦੇ ਵੇਲੇ ਆ ਕੇ ਹੈ ਮੌਲਾ ਮੇਰਾ ਕਰਬਲਾ 'ਚ ਹਿੱਸਾ ਕੋਈ ਨਹੀਂ। ਇਮਾਮ ਫਰਮਾਇਆ, ਮੁਸਲਿਮ ਤੇ ਕੋ ਕਹਿਆ ਖੇ ਹੈ ਮੌਲਾ ਮੇ ਕੁ ਜੋ ਆਪਣੇ ਕਦਮਾਂ ਤੋਂ ਦੂਰ ਪੇ ਭਜੇਂਦੇ ਹੋ। ਇਮਾਮ ਫਰਮਾਉਂਦੇ ਨੇ, ਮੁਸਲਿਮ ਘਬਰਾ ਨਹੀਂ, ਅਗਰ ਮੈਂ ਗਮ ਦਾ ਸ਼ਹਿਰ ਹਾਂ ਨਾ ਮੁਸਲਿਮ, ਤੂੰ ਉਹਦਾ ਦਰਵਾਜ਼ਾ ਹੈ। ਮੁਸਲਿਮ, ਤੇਰੇ ਨਾਲ ਵਾਅਦਾ ਪਿਆ ਕਰੇਗਾ, ਜਦੋਂ ਮੈਂ ਕਰਬਲਾ ਦੀ ਤਪਦੀ ਰੇਤ 'ਤੇ ਲਹਿਬਾ ਸਾਂ ਨਾ, ਅਤੇ ਆਪਣੇ ਸੱਜਣਾ ਕੋ ਯਾਦ ਕਰੇ ਸਾਂ, ਸਭ ਤੋਂ ਪਹਿਲਾਂ ਹੱਕਲ ਮੈਂ ਤੇਰੇ ਨਾਂ ਦੀ ਮਰੇ ਸਾਂ। ਬਸ ਬਾਈ ਜਾਨ, ਹੁਸੈਨ ਦਾ ਸਫੀਰ ਬਣ ਕੇ ਆਇਆ। ਬੜੀ ਤਫਸੀਲੀ ਗੱਲ ਮਕਸਦ ਬਿਆਨ ਕਰਨਾ ਚਾਹੁੰਦਾ। ਬਾਈ ਜਾਨ, ਤੋਵਾ ਨਾਮੀ ਔਰਤ ਦੇ ਘਰ ਪਨਾਹ ਗਿੱਧੀ। ਬਾਈ ਜਾਨ, ਮੈਂ ਆਦਰਾਂ ਦਾ ਅਦਾਬ ਏ ਮੇਜ਼ਬਾਨੀ ਤੋਂ ਵਾਕਿਫ ਏ, ਕਿਉਂਕਿ ਅਲੀ ਦੇ ਮੰਨਣ ਵਾਲੀ ਆਈ, ਠੱਡਾ ਜਾਮ ਪਾਣੀ ਦੇ ਰੀਤਸ, ਖਾਣੇ ਪੇਸ਼ ਕੀਤੇਸ। ਮੇਰੇ ਤੁਹਾਡੇ 'ਤੇ ਇਹੋ ਸਵਾਲ ਹੈ, ਜਿਹੜੇ ਛੋਟੀ ਔਲਾਦ ਵਾਲੇ ਬੈਠੇ ਹੋ, ਉਹ ਪਿਓ ਖਾਣਾ ਕਿਵੇਂ ਖਾਵੇ, ਪਾਣੀ ਕਿਵੇਂ ਪੀਵੇ, ਜਿਹਦੇ ਦੂ ਛੋਟੇ ਛੋਟੇ ਬੱਚੇ ਪਰਦੇਸ 'ਚ ਰੁਲ ਗਏ ਹੋਵੇ, ਖਾਣਾ ਖਾਂਦੇ ਨਹੀਂ, ਪਾਣੀ ਪੀਤਾ ਨਹੀਂ। ਦੇਖ ਕੇ ਆਦਮ ਇੱਕ ਮੁਸਲੇ ਇਬਾਦਤ ਵਿਛਾ ਦੇ, ਮੈਂ ਅੱਲਾਹ ਦੀ ਇਬਾਦਤ ਕਰਨਾ ਚਾਹੁੰਦਾ। ਸ਼ਰੀਫ ਮੁਕਾਣੇ ਮੁਖਬਰੀ ਹੋਈ, 1000 ਫੌਜ ਦਾ ਦਸਤਾ ਜਨਾਬ ਮੁਸਲਿਮ ਕੋ ਗ੍ਰਿਫਤਾਰ ਕਰਨ ਵਾਸਤੇ ਤੁਰਿਆ। ਗੋੜਾਂ ਦੇ ਟਾਪਾਂ ਦੀ ਆਵਾਜ਼ ਜਨਾਬ ਮੁਸਲਿਮ ਦੇ ਕੰਨਾਂ 'ਤੇ ਆਈ। ਜਲਦੀ ਨਾਲ ਨਿਆਮ ਦੇ ਵਿੱਚੋਂ ਤਲਵਾਰ ਕੋ ਆਜ਼ਾਦ ਕੀਤਾ ਨੇ, ਤਵਾ ਗੁਆ ਲਈ ਤੂੰ ਮੇਰਾ ਮਹਿਮਾਨ ਹੈ, ਜਬ ਤੱਕ ਮੇਰੇ ਸਾਹ ਦੇ ਵਿੱਚ ਸਾਹ, ਮੈਂ ਤੇਰੀ ਹਿਫਾਜ਼ਤ ਕਰੇ ਸਾਂ। ਜਨਾਬ ਮੁਸਲਿਮ ਦੇਖ ਕੇ ਆਦਨ, ਮੈਂ ਉਹ ਖਾਨਦਾਨ ਦਾ ਫਰਦ ਹਾਂ, ਅਸਾਂ ਨਹੀਂ ਚਾਹੁੰਦੇ ਸਾਰੀ ਵਜ੍ਹਾ ਤੂੰ ਕਿਸੇ ਕੋ ਤਕਲੀਫ ਹੋਵੇ। ਤੇਰੀ ਬੜੀ ਮਿਹਰਬਾਨੀ, ਤੋੜੇ ਚੰਦ ਲੰਮਿਆਂ ਵਾਸਤੇ ਗਰੀਬ ਕੋ ਪਨਾਹ ਤਾਂ ਦਿੱਤੀ ਹੈ।
ਇਵੇਂ ਕਰ ਮਕਾਨ ਦੀ ਛੱਤ 'ਤੇ ਚੜ੍ਹ ਵੰਜ ਮੈਂ ਇਹਨਾਂ ਨਾਲ ਜੰਗ ਲੜਦਾ। ਅਗਰ ਅੱਜ ਤੱਕ ਤੈਂ ਕਈ ਹਾਸ਼ਮੀ ਕੋਲ ਲੜਦਾ ਨਾ ਡਿੱਠਾ ਹੋਵੇ, ਤਦੇ ਕਦਾਂ ਹਾਸ਼ਮੀ ਕੋਲ ਲੜਨ ਦਾ ਮੌਕਾ ਮਿਲ ਪਵੇ ਤਾਂ ਹਾਸ਼ਮੀ ਇਕੱਲੇ ਲੜਦੇ ਕਿਵੇਂ? 1000 ਕੋ ਫਿਰ ਨਾਰ ਕੀਤਾ ਨੇ, ਵਤ ਵੀ ਦਸਤਾ ਆਇਆ। ਆਖਿਰ ਇਬਨ ਜ਼ਿਆਦ ਕਮੀਨਾ ਦੇਖ ਕੇ ਦੇ ਮੁਸਲਿਮ ਅਗਰ ਇਤਨਾ ਵੱਡਾ ਤਾਕਤਵਰ ਔਰ ਇਤਨਾ ਵੱਡਾ ਜਰੀ ਹੈ ਤਾਂ ਮੁਸਲਿਮ ਤਾਕਤ ਨਾਲ ਨਹੀਂ ਬਲਕਿ ਸਾਜ਼ਿਸ਼ ਨਾਲ ਗ੍ਰਿਫਤਾਰ ਹੋ ਸੀ। ਇੱਕ ਪਾਸੋਂ ਗੜੇ ਖੁਦਵਾਓ, ਬੇ ਪਾਸੋਂ ਹਮਲਾ ਕਰੋ। ਕਦਾਂ ਤਾਂ ਲੜਦਾ ਲੜਦਾ ਆ ਕੇ ਕਈ ਗੜੇ ਝੜ ਪੋ ਸੀ। ਵਤ ਹੁਸੈਨ ਦੇ ਸਫੀਰ ਕੋ ਗ੍ਰਿਫਤਾਰ ਤੇ ਕਰੇ ਸ਼ਰੀਫ ਮੁਕਾਣੀਓ। ਲੜਦਾ ਵਧੇ ਜੰਗ, ਕਈ ਵੇਲੇ ਕਿਸੇ ਕੋਨੇ ਤੋਂ ਆਵਾਜ਼ ਆਉਂਦੇ ਅੱਲਾਹੁ ਅਕਬਰ, ਕਈ ਵੇਲੇ ਕਿਸੇ ਗਲੀ ਦੇ ਨੁੱਕਰ 'ਤੇ ਆਵਾਜ਼ ਆਉਂਦੇ ਅੱਲਾਹੁ ਅਕਬਰ, ਕਈ ਕਈ ਵੇਲੇ ਤਲਵਾਰ ਵਾਲਾ ਹੱਥ ਰੋਕ ਕੇ ਮੱਕੇ ਦੇ ਪਾਸੇ ਮੂੰਹ ਕਰਕੇ ਰੋ ਕੇ ਫਰਮਾਉਂਦੇ ਨੇ ਅੱਬਾਸ ਅੱਜ ਤੂੰ ਵੀ ਹੋਵੇਂ ਹਾ, ਦੇਖਿਆ ਮੈਂ ਇਕੱਲਾ ਕਿਵੇਂ ਵਧਾ ਲੜਦਾ। ਗ੍ਰਿਫਤਾਰ ਕੀਤਾ ਨੇ ਦੰਦਾਨ ਮੁਬਾਰਕ ਸ਼ਹੀਦ, ਹੋਂਟ ਜ਼ਖਮੀ, ਹੱਥ ਪਸੇ ਪੁਸ਼ਤ ਬੱਧੇ ਨੇ। ਹੁਸੈਨ ਦੇ ਸਫੀਰ ਕੋ ਗ੍ਰਿਫਤਾਰ ਕਰਕੇ ਗਿਨੈਨ ਇਬਨ ਜ਼ਿਆਦ ਕਮੀਨੇ ਦੇ ਸਾਹਮਣੇ ਜਨਰਲ ਜਨਾਬ ਮੁਸਲਿਮ ਦੀ ਦੀਤ ਪਈ, ਇਹਦੀ ਅੱਖ ਦੇ ਵਿੱਚ ਅੱਖ ਪਾ ਕੇ ਦਿੰਦੇ, ਹੈ ਕਮੀਨਾ ਦੱਸਾ ਸਕਦੇ ਸਾਡਾ ਜੁਰਮ ਕਿਹੜਾ ਹੈ? ਇਹ ਕਮੀਨਾ ਤੜਪੇ, ਦੇਖਿਆ ਤਾਂ ਮੁਸਲਿਮ ਜ਼ਮਾਨਾ ਮੇਰੇ ਕੋ ਅਮੀਰ ਕਰਕੇ ਸੜਿੰਦੇ, ਤੂੰ ਪਹਿਲਾ ਬੰਦਾ ਜਾਂ ਮੇਰੇ ਨਾਂ ਨਾਲ ਮੇਰੇ ਕੋ ਮੁਖਾਤਿਬ ਕੀਤੇ, ਅਗਰ ਅੱਜ ਤੂੰ ਮੇਰੇ ਕੋ ਅਮੀਰ ਕਰਕੇ ਸਲਾਮ ਕਰੇ ਹਾਂ ਤਾਂ ਹੋ ਸਕਦਾ ਮੈਂ ਤੇਰੀ ਸਜ਼ਾ ਦੇ ਵਿੱਚ ਰਿਆਇਤ ਕਰਾਂ ਹਾਂ। ਅਜਣੀ ਕਮੀਨੇ ਦੇ ਇਹ ਲਫਜ਼ ਹੈ, ਜ਼ਖਮੀ ਹੈ ਔਲਾਦ ਦਾ ਦਰਦ ਹੱਸ, ਇਵੇਂ ਅੰਗੜਾ ਹੀ ਗੀਤੀਸ ਇਹਦੀ ਅੱਖ ਦੇ ਵਿੱਚ ਅੱਖ ਪਾ ਕੇ ਆਦਨ, ਕਮੀਨਾ ਬਕਵਾਸ ਨਾ ਕਰ, ਕੈਨਾਤ ਦੇ ਵਿੱਚ ਮੇਰਾ ਅਮੀਰ ਤਾਂ ਇੱਕੋ ਹੁਸੈਨ। ਅਜਨ ਜਨਾਬ ਮੁਸਲਿਮ ਦੇ ਇਹ ਲਫਜ਼ ਹੈ, ਜੇ ਇੱਕ ਜ਼ਈਫਾ ਦੀ ਬੁੱਢੀ ਕੂ ਕਹੀਏ ਮੁਸਲਿਮ, ਅੱਜ ਦੁਸ਼ਮਣ ਦੇ ਦਰਬਾਰ ਦੇ ਵਿੱਚ ਮੇਰੇ ਬੱਚੜੇ ਹੁਸੈਨ ਕੋ ਅਮੀਰ ਕਰਕੇ ਸਡਈ, ਮੈਂ ਬਤੂਲ ਹੋ ਕੇ ਵਾਅਦਾ ਪਈ ਕਰੇਂਦੀ ਹਾਂ ਕਿਆਮਤ ਤੱਕ ਜ਼ਮਾਨਾ ਤੇ ਕੋ ਅਮੀਰ ਮੁਸਲਿਮ ਕਰਕੇ ਸਡੇ ਸੀ, ਮੇਰਾ ਬੱਚੜਾ ਗਰੀਬ ਹੁਸੈਨ ਵਧਾ ਸਡੀ ਸੀ। ਇਸ ਹੁਕਮ ਦਿੱਤਾ ਮੁਸਲਿਮ ਦਾਰੁਲ ਅਮਾਰਾ ਦੀ ਛੱਤ ਗਿਣ ਵੰਜੋ, ਸਰ ਕਲਮ ਕਰਕੇ ਲਾਸ਼ ਬਾਜ਼ਾਰ ਸਰ ਛੋੜੋ। ਬਾਈ ਜਾਨ ਜਨਨ ਸਾਰੀ ਆਸ ਮੁੱਕੀ ਇਸ ਨਾ, ਅੱਜ ਮੈਂ ਚੰਦ ਵਸੀਅਤਾਂ ਕਰਨਾ ਚਾਹੁੰਦਾ। ਉਮਰ ਸਾਦ ਕੋਈ ਅਲੈਦਾ ਸਦਾ ਵਸੀਅਤਾਂ ਕੀਤੀਆਂ, ਕਿਹੜੀ ਕਿਹੜੀ ਵਸੀਅਤ? ਮੈਂ ਜਨਮ ਦਾ ਤੁਹਾਡੇ ਸ਼ਹਿਰ ਦੇ ਵਿੱਚ ਆਇਆ, ਚੰਦ ਦਿਰਹਮ ਦਾ ਮਕਰੂਜ਼ ਹਾਂ, ਮੇਰੀ ਤਲਵਾਰ ਔਰ ਜ਼ੇਰਾ ਵੇਚ ਕੇ ਮੇਰਾ ਕਰਜ਼ਾ ਅਦਾ ਕਰੇ, ਜੇ ਕੁਝ ਪੈਸੇ ਬਚ ਪਵੇਨ ਤਾਂ ਮੇਰੀ ਲਾਸ਼ ਕੋ ਗੁਸੋਲੀ ਨਿਵਾਵੇਂ, ਕਫਨ ਪਵਾ ਕੇ ਦਫਨ ਚੱਕਰਾਏ। ਸ਼ਰੀਫ ਮੁਕਾਣੀਓ ਅਗਲੀ ਵਸੀਅਤ, ਜਨਨ ਮੈਂ ਤੁਹਾਡੇ ਸ਼ਹਿਰ ਦੇ ਵਿੱਚ ਆਇਆ ਹਮ ਤਾਂ ਮੈਂ ਇਕੱਲਾ ਨਾ, ਮੇਰੇ ਨਾਲ ਦੋ ਸ਼ਹਿਜ਼ਾਦੇ ਹਨ, ਫਰ ਪੁਆਏ ਤਾਂ ਉਹਨਾਂ ਕੋ ਮਦੀਨੇ ਪਹੁੰਚਾਏ, ਵੀ ਇਹ ਕੋਈ ਕਾਸਜ ਭੇਜ ਕੇ ਮੇਰੇ ਮੌਲਾ ਹੁਸੈਨ ਕੋ ਪੈਗਾਮ ਤੇ ਦਿਵਾਓ। ਮੌਲਾ ਹੁਣ ਕੂਫੇ ਨਾ ਸੀ, ਕੂਫੇ ਦੇ ਹਾਲਾਤ ਬੜੇ ਬਦਲ ਗਏ। ਭਾਈ ਸ਼ਰੀਫ ਮੁਕਾਣੀਓ ਮੇਰਾ ਤੁਹਾਡੇ 'ਤੇ ਇਹੋ ਸਵਾਲ ਹੈ, ਵਸੀਅਤਾਂ ਤੋਂ ਬਾਅਦ ਜਨਾਬ ਮੁਸਲਿਮ ਕੋ ਚੜ੍ਹਾਵਣ ਦਾ ਇਰਾਦਾ ਕੀਤਾ ਨੇ ਦਾਰੁਲ ਅਮਾਰਾ ਦੀ ਛੱਤ 'ਤੇ। ਤੁਹਾਡੇ ਮੁਸ਼ਾਹਦੇ ਦੀ ਗੱਲ ਉਹ ਸੀ, ਜਿਹੜੇ ਬੰਦੇ ਸੀੜੀਆਂ ਅਬੂਰ ਕਰਨੀਆਂ ਹੋਣ ਹੱਥਾਂ ਦਾ ਸਹਾਰਾ ਗਿੰਦੇ, ਹੱਥ ਪਸੇ ਪੁਸ਼ਤ ਬੱਧੇ ਹੋਏ, ਜ਼ਖਮੀ ਡਾਢੇ, ਜ਼ਖਮੀ ਵਜੂਦ ਹੈ, ਇਹਨਾਂ ਸਾਰੇ ਜ਼ਖਮਾਂ ਤੋਂ ਵੱਧ ਜ਼ਖਮ ਇਸ ਔਲਾਦ ਦੇ ਨਿਖੜਨ ਦਾ। ਕਦੀਮੀ ਅਦਾਦਾਰ, ਕਦੀਮੀ ਅਦਾ ਖਾਨਾ, ਮੈਂ ਇਵੇਂ ਅਦਬ ਨਾਲ ਪੜ੍ਹਦਾ ਰਹਿੰਦਾ, ਬਸ ਜਿਤਨੀਆਂ ਸੀੜੀਆਂ ਨੇ ਹੁਸੈਨ ਦੇ ਸਫੀਰ ਉਤਨੇ ਸਜਦੇ ਕੀਤੇ ਨੇ। ਕਦਮ ਚਾਵੇ ਨਾ ਕੋਈ ਕਮੀਨਾ ਤਾਜ਼ੀਆਨਾ ਮਾਰਿਆ, ਹੁਸੈਨ ਦਾ ਸਫੀਰ ਜਣ ਪਵਿਆ, ਵੱਧ ਕਦਮ ਚਾਵੇ ਨਾ ਵੱਧ ਕੋਈ ਕਮੀਨਾ ਤਮਾਚਾ ਮਾਰਿਆ, ਹੁਸੈਨ ਦਾ ਸਫੀਰ ਜਣ ਪਵਿਆ, ਉੱਠਦਾ ਬਾਂਦਾ ਆਖਣ ਦਾਰੁਲ ਮਾਰਾ ਦੀ ਛਾਤੇ, ਜਲਾ ਦੇ ਹੱਥ ਤਲਵਾਰ, ਜਨਾਬ ਮੁਸਲਿਮ ਦੀ ਕਿਹੜੀ ਹਾਲਤ, ਸੱਜੇ ਦੇ ਦਿਨ ਖੱਬੇ ਦੇ ਦਿਨ, ਜਲਾਦਾ ਦਾ ਮੁਸਲਿਮ ਆਸੇ ਪਾਸੇ ਕਿਆ ਦੇ ਦੇ, ਕਹੀਂ ਦਾ ਇੰਤਜ਼ਾਰ ਹੈ ਨਹੀਂ, ਇੰਤਜ਼ਾਰ ਨਹੀਂ ਪਤਾ ਆਸੇ ਪਾਸੇ ਕਿਉਂ ਦੇ ਦੇ, ਦੇਖ ਕੇ ਆਦਨੇ ਤਮਾਮ ਹੁਜਤ ਕਰਨਾ ਚਾਹੁੰਦਾ, ਆ ਕਿਆ ਆਖਣਾ ਚਾਹੁੰਦੇ ਤੂੰ ਆਖੂ ਨਹੀਂ, ਉਹਨਾਂ ਲੋਕਾਂ ਨਾਲ ਗੱਲ ਕਰਨਾ ਚਾਹੁੰਦਾ ਜਿਹਨਾਂ ਸਾਡੇ ਖਤ ਲਿਖੇ ਹਨ, ਮੈਂ ਇਹਦਾ ਕਹਿਣਾ ਸਾਰੇ ਉਹ ਲੋਕ ਮੌਜੂਦ ਹਨ, ਆਖ ਮੁਸਲਿਮ ਆਖਣਾ ਕਿਆ ਚਾਹੁੰਦੇ, ਬਸ ਦੋ ਤੇ ਦੋ ਵੈਣ। ਜਿਹੜੀ ਜਨਾਬ ਮੁਸਲਿਮ ਗੱਲ ਕੀਤੀ ਬਾਈ ਜਾਨ, ਜਿਹੜੇ ਛੋਟੀ ਔਲਾਦ ਵਾਲੇ ਬੈਠੇ ਹੋ, ਯਕੀਨਨ ਤੇਰੀ ਇਬਾਦਤ ਹੋਵੇ ਸੀ। ਰੋ ਕੇ ਆਦਨ ਕਾਮ ਰਜ਼ੀਲ ਸਵਾਲੀ ਹੈ, ਤੁਹਾਡਾ ਲਾਜ਼ੇ ਦਾ ਮਹਿਮਾਨ
सैयदा दे जे फर सकदे हो तां मैं बेकस ते करो आखरी एहसान है केड़ा एहसान जनाब मुस्लिम दियां अखां नहीं सावण दे बदल बने होए न हर कूफी दे पास देख के रो रो के खड़िया दिन आन मिलावो जोड़ी मेरी ते मेरे दिल विच बहू अरमान ते मुँह चुम घिना दुहां पुत्रां दे वदे रुलसेन मुल्क इको मेहमान पूरा कूफा मेजबान मेहमान ते गल कीती मेजबान हसदन मजाक करदे तने सारी आस मुकीए सन आसमान दे पास देख के आदन मेरा अल्लाह मेरे हर हाल तू वाकिफ़ है हवा को हुक्म दे जित मेरा मौला हुसैन मेरा पैगाम मेरे मौला हुसैन तो पहुंचावे हाथ वे गए भी आवाज या आख मुस्लिम क्या आखना चाहते हैं शरीर मुकाने हाथ तपसे पुत बधे हुए हैं मक्के आले पासे मुंह फिर गिए अदब दसार झुका क्या थे गरीब वतन अल्लाह रासीदा ते हो भी आखरी वीर सलामे ओ तेरे बाबे दी जागीर दे विच वो आज होगी ऐ उलाट निजामे बचड़े कुर्बान कर छोड़ा हुसैन दे सफीर दी गैरत तू ना औलाद दी वसीयत कीती इस ना घर बार दी वसीयत उच्चा वैन करके रो रो के खड़ा दे हुण वतन ते घिनवर आए वो भेणी कू ए कूफा नमाक हरामे ओ मैं सुनिया है वदे लोग दिल कर दे वो कताल छेकड़ी वैन इतना है मंदार मेरे मदलूम इमाम देख मंदल ते देरे लगे हुए जनाब अब्बास क्या इटे कयामत दा मंदर है सरदार हुसैन या अखां नहीं सावण दे बदल बने हुए जनाब अब्बास इवें जिवें झिक दे पासे पानी आंदे देख के आदन मौला जड़ी पिछली रात गुजरी है तेरी मामा दी कसम है मेरी भेण रुकैया को नींद नहीं आई कई कई वेले मेनो देख के आ जाए गाजी कोई मेरे पुत्रां दी तलाओ भी तरे मेरा दिल बड़ा बेचैन है ओ अगुई दियावण वाली है मेरे दू छोटे मासूम परदेस विच रुल गए मौला वजह क्या है मैं खैमे दे विच वेंदा मैं को भेण दे वैण नहीं बाहर लेंदे मैं खैमे तू बाहर आना मेरा सरदार मैं को तुसा रोंदे नजर आंदे हो सैयदा दे अब्बास बहु औखा मंदर है जेड़ा मैं खड़ा देदा गाजिया दे मौला माफ दी इज्जत वास तेरे साथ सही केड़ा मंदर है जेड़ा देख देख वदा रोंदे मेरा इमाम देख के फरमेंदे ना अब्बास वादा कर सबर करे से गाजिया दे मौला मैं वादा करे ना सबर करे सा जन अब्बास वादा कीता है चुम पेशा गाजी दी ते फरमाया फगार नजीए ओ एक गाल दसेना ते कुंवीर मेरा आज सबर दसमें जी अलीए गाजिया दा मौला केड़ी गल मेरे इमाम ने जो अंगलां दराज कीती है ना हक्कल मार के आदन गाजी देख साडा पहला कतार पिया कूफे थी दई आरुत उजड़न दी गई ओ अगुहन पहाड़ मुसीबत दे साडे नाल ही अली दी सामने मोहतरम।